ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਜਿਹੜਾ ਕੇਨਸ ਦਾ ਪੂਰਾ ਸਾਡਾ ਸ਼ੁਰੂ ਹੋ ਚੁੱਕਿਆ। 2 ਘੰਟੇ ਪਹਿਲਾਂ ਬ੍ਰਿਸਬਨ ਤੋਂ ਸਾਡੀ ਫਲਾਈਟ ਆ ਜਿਹੜੀ ਉਹ ਕੇਨਸ ਲਈ ਉੱਡ ਚੁੱਕੀ ਆ, ਅਤੇ ਹੁਣ ਤੋਂ 10 ਮਿੰਟਾਂ ਬਾਅਦ ਅਸੀਂ ਕੇਨਸ ਜਿਹੜਾ ਲੈਂਡ ਕਰਨ ਜਾ ਰਹੇ ਹਾਂ, ਅਤੇ ਫਿਰ ਜਾ ਕੇ ਪੇਂਡੂ ਆਸਟ੍ਰੇਲੀਆ ਦੀਆਂ ਤੁਹਾਨੂੰ ਜਿਹੜੀਆਂ ਕੇਨਸ ਦੀਆਂ ਖਾਸੀਅਤਾਂ ਉਹ ਦਿਖਾਵਾਂਗੇ ਜੀ। ਗੰਨੇ ਦੀ ਖੇਤੀ ਦਿਖਾਵਾਂਗੇ ਤੁਹਾਨੂੰ, ਕੇਲਿਆਂ ਦੀ ਜਿਹੜੀ ਖੇਤੀ ਹੁੰਦੀ ਦਿਖਾਵਾਂਗੇ, ਅਤੇ ਦੁਨੀਆ ਦਾ ਇੱਕ ਖੂਬਸੂਰਤ ਜਿਹੜਾ ਇੱਕ ਸ਼ਹਿਰ ਆ ਜਿਹਨੂੰ ਲੋਕ ਟੂਰਿਸਟ ਬਹੁਤ ਪਸੰਦ ਕਰਦੇ ਆ, ਅਤੇ ਉਹ ਵੀ ਤੁਹਾਨੂੰ ਦਿਖਾਵਾਂਗੇ। ਸੋ ਉਤਰਦੇ ਹਾਂ ਜੀ ਛੇਤੀ। ਬਾਈ ਸਾਡੇ ਨਾਲ ਇਸ ਟਾਈਮ ਬਾਈ ਸੁੱਖਾ ਮਾਨ ਅਤੇ ਬਾਈ ਪਿੱਟੂ ਰਾਏਕੋਟ ਤੋਂ, ਅਤੇ ਬਾਈ ਨਵਦੀਪ। ਅਸੀਂ ਹੁਣ ਨਿਕਲ ਚੁੱਕੇ ਹਾਂ ਜੀ ਏਅਰਪੋਰਟ ਤੋਂ, ਅਤੇ ਨਾਲ ਨਾਲ ਤੁਹਾਨੂੰ ਇਹਨੂੰ ਸ਼ਾਰਟ ਲੈਂਦੇ ਰਹਿੰਦੇ ਹਾਂ ਅਤੇ ਨਾਲ ਨਾਲ ਜੀ ਇਸ ਵਕਤ ਅਸੀਂ ਕੇਨਸ ਦਾ ਜਿਹੜਾ ਸਿਟੀ ਸੈਂਟਰ ਆ, ਛੋਟਾ ਜਿਹਾ ਸ਼ਹਿਰ ਆ ਕਹਿੰਦੇ 4 ਗਲੀਆਂ ਦਾ, ਅਤੇ ਉਹਦੇ ਸਿਟੀ ਸੈਂਟਰ 'ਚ ਇੱਕ ਨਾ ਆਰਜੀ ਜਿਹਾ ਮੇਲਾ ਲੱਗਿਆ, ਅਤੇ ਉਹਦੇ ਵਿੱਚ ਖੜ੍ਹੇ ਹਾਂ, ਅਤੇ ਸਾਡੇ ਨਾਲ ਆ ਬਾਈ ਸੁਖਜਿੰਦਰ, ਬਾਈ ਸੁੱਖਾ ਮਾਨ ਅਤੇ ਬਾਈ ਬਿੱਟੂ ਰਾਏਕੋਟੀਆ। ਸੋ ਅਸੀਂ ਸ਼ੁਰੂਆਤ ਕਰਦੇ ਹਾਂ ਅੱਜ ਕੇਨਸ ਨੂੰ ਦੇਖਣ ਦੀ, ਪਰ ਸਾਰਿਆਂ ਤੋਂ ਪਹਿਲਾਂ ਤਾਂ ਇੱਥੇ ਜਿਗਿਆਸਾ ਜਾਗਦੀ ਵੀ ਆ ਮੇਲੇ ਦਾ ਅਤੇ ਇੱਕ ਟੈਂਪਰੇਰੀ ਮਾਰਕੀਟ ਜਿਹਦਾ ਕੀ ਆ। ਅਤੇ ਸੋ ਸੁਖਜਿੰਦਰ ਬਾਈ ਦੱਸਦੇ ਸਾਨੂੰ ਇਹ ਬਾਈ ਜੀ, ਪਹਿਲਾਂ ਤਾਂ ਵੈਦਰ ਦੀ ਗੱਲ ਕਰਨੀ ਆਪਾਂ ਇੱਥੇ, ਕੀ ਆਹ ਵੈਦਰ ਸਦਾ ਜਾਂ ਚੰਗਾ? ਵੈਦਰ ਜੀ ਜਿਹੜੇ ਆਹ ਮਹੀਨੇ ਆ ਨਾ, ਵਿੰਟਰ ਆ ਜੀ, ਵਿੰਟਰ ਚ ਲਗਭਗ 16-17 ਡਿਗਰੀ ਟੈਂਪਰੇਚਰ ਜੀ, ਵੱਧ ਤੋਂ ਵੱਧ 20 ਚਲੇ ਜਾਂਦਾ ਇਹ ਏਦਾਂ ਹੀ, ਯਾਨੀ ਕਿ ਹੁਣ ਵਿੰਟਰ ਚ ਮੀਂਹ ਨਹੀਂ ਵਾਹਲਾ ਪੈਂਦਾ, ਜ਼ਿਆਦਾ ਸਨਸ਼ਾਈਨ ਰਹਿੰਦੀ ਆ, ਇਹ ਪ੍ਰੋਪਰ ਪੀਕ ਹੋਲੀਡੇ ਵੈਦਰ ਆ ਜੀ। ਅਤੇ ਜਿਹੜਾ ਹੁਣ ਇੱਥੇ ਕਵੀਨਜ਼ਲੈਂਡ ਜਿਹੜਾ ਜ਼ਿਆਦਾ ਮੀਂਹ ਪੈਂਦਾ ਜੀ, ਦੁਬਈ ਬਹੁਤ ਜ਼ਿਆਦਾ ਵੀ ਤੁਹਾਨੂੰ ਮਹੀਨਾ ਮਹੀਨਾ ਮੀਂਹ ਪੈ ਜਾਣਾ, ਅਤੇ ਜਾਂ ਫਿਰ ਹੁਣ ਇਹ ਸਨਸ਼ਾਈਨ ਤੁਹਾਨੂੰ ਪੂਰੀ ਮਿਲੂਗੀ, ਸਨਸ਼ਾਈਨ ਸਟੇਟ ਕਹਿੰਦੇ ਨੌਰਥ ਜਿਹੜਾ ਪਾਰਟ ਆ ਜੀ ਕਵੀਨਜ਼ਲੈਂਡ ਦਾ। ਅਤੇ ਜਿਹੜੀ ਇਹ ਮਾਰਕੀਟ ਆ ਜੀ, ਇਹ ਹਰੇਕ ਸੈਟਰਡੇ ਲੱਗਦੀ ਜੀ, ਅਤੇ ਇਹ ਕੌਂਸਲ ਨੇ ਇਹਨਾਂ ਨੂੰ ਜਗ੍ਹਾ ਦਿੱਤੀ ਹੈ ਜੀ, ਥੋੜ੍ਹਾ ਛੋਟਾ ਟੈਂਟ ਲਾਉਣ ਨੂੰ ਇਹ ਤੁਹਾਨੂੰ ਰੈਂਟ ਪੇ ਕਰਦੇ। ਅਤੇ ਜਿਹੜੀ ਵੀ ਇਹਨਾਂ ਨੇ ਲੋਕਲ ਕੋਈ ਕਿਸੇ ਨੇ ਪੇਂਟਿੰਗ ਕੀਤੀ ਹੁੰਦੀ, ਕਿਸੇ ਨੇ ਬੁੱਕ ਜੀ, ਕਿਸੇ ਨੇ ਕੋਈ ਕਿਸੇ ਕਿਸਮ ਦੀ ਕਲਾ ਕਰੀਤੀ, ਜਾਂ ਕਿਸੇ ਨੇ ਕੋਈ ਡਰੈਸ ਬਣਾਈ ਆ ਜੀ, ਕਿਸੇ ਨੇ ਕੋਈ ਬੱਚਿਆਂ ਦੇ ਕੱਪੜੇ ਬਣਾਏ ਆ, ਡਿਸਪਲੇ ਆ ਡਿਸਪਲੇ ਕਰ ਦਿੰਦੇ ਆ। ਜਿਹੜੇ ਲੋਕੀ ਇੱਥੇ ਆਉਂਦੇ ਆ ਜੀ ਸੈਟਰਡੇ ਨੂੰ, ਉਹ ਫਿਰ ਇਹਨਾਂ ਨੂੰ ਖਰੀਦ ਲੈਂਦੇ ਆ, ਵਧੀਆ ਸਿਸਟਮ ਆਪਦਾ ਟੈਲੈਂਟ ਸਾਹਮਣੇ ਲਿਆਉਣ ਦਾ। ਤੇ ਬੀਚ ਆ ਡਿਫਰੈਂਟ ਜਿਹਾ ਆਇਆ, ਬੀਚ ਕਿਹੋ ਜਿਹਾ? ਇਹ ਅਸਲ 'ਚ ਮੈਂ ਕੇਨਸ 'ਚ ਐਕਚੁਅਲ ਬੀਚ ਹੈ ਨਹੀਂ ਸੀਗਾ। ਅੱਛਾ, ਕੇਨਸ 'ਚ ਸਵਿਮ ਭਾਜੀ ਇਹ ਸਾਹਮਣੇ। ਅੱਛਾ ਅੱਛਾ, ਵੀ ਜਿੱਦਾਂ ਇੱਕ ਗੱਪ ਤਰ੍ਹਾਂ ਹੁੰਦਾ ਜਿੱਥੇ ਮੈਨ ਗਰੂਵ ਵਗੈਰਾ ਉਗਦੇ ਆ, ਜਦੋਂ ਤੁਸੀਂ ਏਅਰਪੋਰਟ ਤੋਂ ਆਏ ਸੀ ਦੋਵੇਂ ਪਾਸੇ ਦਰੱਖਤ ਉੱਗੇ ਬਸ ਉੱਦਾਂ ਦਾ। ਅਤੇ ਪਰ ਇਹ ਸਿਟੀ 'ਚ ਬੀਚ ਯਾਨੀ ਕਿ ਡਿਵੈਲਪ ਕਰਨ ਨੂੰ ਇਹਨਾਂ ਨੇ ਆ ਇੱਕ ਚੰਗਾ ਪੂਲ ਬਣਾਇਆ ਜੀ, ਜਿੱਥੇ ਆਲੇ ਦੁਆਲੇ
ਸੈਂਡ ਹੁੰਦੀ ਆ ਬੀਚ ਸੈਂਡ, ਉਹਨੇ ਲਿਆ ਕੇ ਸਿੱਟੀ ਆ ਤੇ ਇਹਦੇ ਪਾਣੀ ਦਾ ਫਿਲਟਰ ਹੁੰਦਾ ਜੀ ਤੇ ਕਲੀਨ ਹੁੰਦਾ ਰੋਜ਼ ਤੇ ਇੱਥੇ ਸਾਰੇ ਲੋਕ ਬੱਚੇ ਜਿਹੜੇ ਕਿ ਮੈਨ ਮੇਡ ਬੀਚ ਹਾਂਜੀ ਹਾਂਜੀ ਬਹੁਤ ਖੂਬਸੂਰਤ ਜਿਹੜਾ ਨਜ਼ਾਰਾ ਚੜਿਆ ਹੋਇਆ ਜੀ ਇੱਥੋਂ ਦਾ ਅਤੇ ਸਾਨੂੰ ਅਸੀਂ ਅੱਜ ਕੇਸ ਦੇ ਵਿੱਚ ਤੁਹਾਨੂੰ ਬਹੁਤ ਕੁਛ ਦਿਖਾਉਣਾ ਹੈਗਾ ਪਰ ਜਿਹੜੀ ਫਿਲਹਾਲ ਆ ਅਸੀਂ ਇਹ ਮਾਰਕੀਟ ਦੇ ਵਿੱਚ ਇੱਕ ਗੇੜੀ ਲਾਉਂਦੇ ਹਾਂ ਅਤੇ ਇਹ ਵੀ ਦੇਖਦੇ ਹਾਂ ਅਤੇ ਨਾਲ ਨਾਲ ਜਿਹੜੀ ਮੈਂ ਇੱਕ ਚੀਜ਼ ਇੱਥੇ ਹੋਰ ਦੱਸਣੀ ਚਾਹਾਂਗਾ ਵੀ ਆਇਆ ਨੂੰ ਅਜੇ ਤਾਂ ਪੌਣਾ ਘੰਟਾ ਹੋਇਆ ਆਉਣ ਤੋਂ ਬਾਅਦ ਮਹਿਸੂਸ ਜਿਹਾ ਹੋਇਆ ਵੀ ਅਸੀਂ ਕਾਹਦੇ ਲਈ ਆਏ ਹਾਂ ਇਸ ਜ਼ਿੰਦਗੀ 'ਚ ਅਤੇ ਸਾਨੂੰ ਤਾਂ ਇੰਝ ਲੱਗ ਰਿਹਾ ਇਹਦੇ ਗੁੱਸੇ ਦੇਖ ਕੇ ਵੀ ਅਸੀਂ ਤਾਂ ਐਵੇਂ ਇੱਕ ਵਕਤ ਜਿਹਾ ਲੰਘਾ ਰਹੇ ਹਾਂ ਅਤੇ ਆਪਦੇ ਆਪ ਨੂੰ ਥੋੜ੍ਹਾ ਜਿਹਾ ਸਿਹਤ ਪੱਖੋਂ ਕਮਜ਼ੋਰੀ ਜੀ ਮਹਿਸੂਸ ਕਰਨੀ ਲੱਗ ਗਈ ਕਿਉਂਕਿ ਜਿੰਨੇ ਇੱਥੇ ਨੌਜਵਾਨ ਮਿਲੇ ਆ ਸਾਰੇ ਇਸੇ ਕੰਡੀਸ਼ਨ 'ਚ ਹੀ ਮਿਲੇ ਆ ਸੋ ਆਪਾਂ ਦੇਖਦੇ ਹਾਂ ਨਾਲ ਨਾਲ ਇੱਥੋਂ ਦਾ ਆਨੰਦ ਮਾਣਦੇ ਹਾਂ। ਲਓ ਜੀ ਥੋੜ੍ਹੀ ਜਿਹੀ ਮੈਂ ਤੁਹਾਨੂੰ ਮਾਰਕੀਟ ਦਿਖਾ ਦਿੰਦਾ। ਇਹ ਜਿਹੜੇ ਓਰਿਜਨਲ ਆਰਟਸ ਆ ਅਤੇ ਇਹ ਬਹੁਤ ਪਾਪੂਲਰ ਆ ਇੱਥੇ, ਇਹਨੂੰ ਜਿਹੜੇ ਸੈਲਾਨੀ ਆ ਉਹ ਖਰੀਦ ਰਹੇ ਆ ਅਤੇ ਇੱਧਰ ਵੀ ਜੇ ਦੇਖੀਏ ਤਾਂ ਇੱਧਰ ਵੀ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਜਿਵੇਂ ਆਪਣੇ ਮੇਲਿਆਂ 'ਚ ਲੱਗਦੀਆਂ, ਦੇਖੋ ਲੱਕੜ ਦੇ ਫੋਨਾਂ ਦੇ ਕਵਰ, ਡਰੈਸਿਸ ਅਤੇ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜਿਹੜੀਆਂ ਮੇਲਿਆਂ 'ਚ ਹੀ ਦੇਖ ਸਕਦੇ ਹੋ। ਲੈ ਇੱਧਰ ਆਪਣਾ ਬਾਈ ਗਾਣਾ ਵੀ ਸੁਣਾ ਰਿਹਾ। ਇੱਥੇ ਲਓ ਜੀ ਇਹ ਬੀਚ ਜ਼ਿੰਦਗੀ ਦਾ ਹੁਣ ਤੱਕ ਤਾਂ ਦੇਖਿਆ ਸਭ ਤੋਂ ਵੱਡਾ ਪੱਖਾ ਇਹ ਕੇਨਜ਼ ਦੇ ਵਿੱਚ ਹੀ ਦਰਸ਼ਨ ਹੋਏ ਆ ਜੀ। ਆਪਾਂ ਜ਼ਿੰਦਗੀ 'ਚ ਐਡਾ ਵੱਡਾ ਪੱਖਾ ਨਹੀਂ ਦੇਖਿਆ ਸੀਗਾ, ਊਂ ਹੋਣਾ ਪਾਵਰਫੁੱਲ ਪਰ ਐਡੇ ਐਡੇ ਫਰਾਂ ਵਾਲੇ ਪੱਖੇ ਨਹੀਂ ਦੇਖੇ ਸੀ, ਪਹਿਲੀ ਵਾਰ ਦੇਖ ਰਹੇ ਹਾਂ ਜੀ। ਤੁਹਾਨੂੰ ਵੀ ਦਿਖਾ ਦਈਏ